ਸਸਿਕਾ ਦੋਸਤੋ ਮੈਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਦੇ ਬਹੁਤ-ਬਹੁਤ ਸਵਾਗਤ ਕਰਦਾ ਹਾਂ ਦੋਸਤੋ ਅਸੀਂ ਅੱਜ ਪੰਜਾਬੀ ਭਾਸ਼ਾ ਤੇ ਸਹਿਿੱਤ ਦੇ ਇੰਪੋਰਟੈਂਟ MCQ ਕਰਨ ਜਾ ਰਹੇ ਹਾਂ ਤਾਂ ਫਰੈਂਡਸ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਦੇ ਨਵੇਂ ਹੋ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਦੇ ਨਾਲ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਹਰ ਇਨਫੋਰਮੇਟਿਵ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਇਸ ਨਾਲ ਇੱਕ ਵੀਡੀਓ ਨੂੰ ਲਾਈਕ ਕਰੋ ਜੀ ਤੇ ਸ਼ੁਰੂ ਕਰਦੇ ਹਾਂ ਪੰਜਾਬੀ ਭਾਸ਼ਾ ਦੇ ਸਹਿਿੱਤ ਦੇ ਇੰਪੋਰਟੈਂਟ MCQ ਤੋ ਫਰਸਟ ਕੁਐਸਚਨ ਰੀਡ ਕਰਦੇ ਆ ਜੀ ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ ਬਹੁਤ ਇੰਪੋਰਟੈਂਟ ਕੁਐਸਚਨ ਹੈ ਦੇਵਨਾਗਰੀ ਗੁਰਮੁਖੀ ਰੋਮਨ ਤੇ ਪੁਆਦੀ ਤੇ ਇਸ ਦਾ ਰਾਈਟ ਆਨਸਰ ਹੈ ਜੀ ਗੁਰਮੁਖੀ ਨੈਕਸਟ ਕੁਐਸਚਨ ਹੈ ਸਾਡੇ ਕੋਲ ਇਨ੍ਹਾਂ ਵਿੱਚੋਂ ਕਿਸ ਜ਼ਿਲ੍ਹੇ ਵਿੱਚ ਪੰਜਾਬੀ ਦੀ ਉਪਬੋਲੀ ਮਾਜੀ ਬੋਲੀ ਜਾਂਦੀ ਹੈ ਜਲੰਧਰ ਮਾਨਸਾ ਗੁਰਦਾਸਪੁਰ ਸੰਗਰੂਰ ਇਸ ਦਾ ਰਾਈਟ ਆਨਸਰ ਹੈ ਜੀ ਸੰਗਰੂਰ ਉਪ ਬੋਲੀ ਮਾਜੀ ਬੋਲੀ ਜੰਦੀ ਹੈ ਸੰਗਰੂਰ ਚ ਪ੍ਰਸ਼ਨ ਨੰਬਰ 507 ਹੈ ਇਹਨਾਂ ਵਿੱਚੋਂ ਕਿਸ ਨੂੰ ਪੰਜਾਬੀ ਕਾਵੀ ਦਾ ਪਿਤਾਮਾ ਮੰਨਿਆ ਜਾਂਦਾ ਹੈ ਭਾਈ ਗੁਰਦਾਸ ਨੂੰ ਬਾਬਾ ਫਰੀਦ ਨੂੰ ਬਾਰੀਸ਼ਾ ਨੂੰ ਗੁਰੂ ਅਰਜਨ ਦੇਵ ਜੀ ਨੂੰ ਇਸ ਦਾ ਆਨਸਰ ਹੈ ਜੀ ਇਹੜਾ ਬਾਬਾ ਫਰੀਦ ਜੀ ਨੂੰ ਪੰਜਾਬੀ ਕਾਵੀ ਦਾ ਪਿਤਾਮਾ ਮੰਨਿਆ ਜਾਂਦਾ ਹੈ ਅਗਲਾ ਪ੍ਰਸ਼ਨ ਹੈ ਜੀ ਸਾਡੇ ਕੋਲ ਇਹਨਾਂ ਵਿੱਚੋਂ ਕਿਸ ਨੂੰ ਪੰਜਾਬੀ ਨਾਵਲ ਦਾ ਪਿਤਾਮਾ ਕਿਹਾ ਜਾਂਦਾ ਹੈ ਨਾਨਕ ਸਿੰਘ ਸੰਤ ਸਿੰਘ ਸੇਖੋ ਗੁਰਦਿਆਲ ਸਿੰਘ ਗੁਰਦਿਆਲ ਸਿੰਘ ਫੁੱਲ ਥੀ ਇਜ਼ ਦਾ ਰਾਈਟ ਆਨਸਰ ਹੈ ਜੀ ਨਾਨਕ ਸਿੰਘ ਨੈਕਸਟ ਕੁਐਸਚਨ ਹੈ ਪੰਜਾਬੀ ਨਾਟਕ ਦਾ ਪਿਤਾਮਾ ਕਿਸ ਨੂੰ ਮੰਨਿਆ ਜਾਂਦਾ ਹੈ ਥੋ ਇਜ਼ ਦਾ ਆਪਸ਼ਨ ਏ ਹੈ ਬਲਵੰਤ ਸਿੰਘ ਆਈ ਸੀ ਨੰਦਾ ਗੁਰਚਰਨ ਸਿੰਘ ਜ ਸੁਜਾ ਸੰਤ ਸਿੰਘ ਸੇਖੋ ਤੇ ਦਾ ਰਾਈਟ ਆਨਸਰ ਹੈ ਜੀ ਆਈ ਸੀ ਨੰਦਾ ਜਿਸ ਨੂੰ ਪੰਜਾਬੀ ਨਾਟਕ ਦਾ ਪਿਤਾਮਾ ਮੰਨਿਆ ਜਾਂਦਾ ਹੈ ਨੈਕਸਟ ਪ੍ਰਸ਼ਨ ਹੈ ਜੀ ਇਹਨਾਂ ਵਿੱਚੋਂ ਕਿਹੜੀਆਂ ਉਪ ਬੋਲੀਆਂ ਪਾਕਿਸਤਾਨੀ ਪੰਜਾਬੀ ਵਿੱਚ ਬੋਲੀਆਂ ਜਾਂਦੀਆਂ ਹਨ ਊੜਾ ਪੋਠੋਹਾਰੀ ਮਲਤਾਨੀ ਪੁਆਦੀ ਉਪਰਲੀਆਂ ਊੜਾ ਅਤੇ ਐੜਾ ਯਾਨਕੀ ਪੋਠਾਰੀ ਤੇ ਮਲਤਾਨੀ ਦੋਨੋਂ ਇਹ ਇਸ ਦਾ ਰਾਈਟ ਆਨਸਰ ਹੈ ਜੀ ਉਪਰਲੀਆਂ ਊੜਾ ਅਤੇ ਐੜਾ ਜਾਣੇਗੀ ਪੋਠੋਹਾਰੀ ਤੇ ਮਲਤਾਨੀ ਅਗਲਾ ਪ੍ਰਸ਼ਨ ਹੈ 511 ਪੰਜਾਬ ਦੀ ਉਪ ਬੋਲੀ ਦੁਆਬੀ ਇਨ੍ਹਾਂ ਜ਼ਿਲ੍ਹਿਆਂ ਵਿੱਚੋਂ ਕਿਸ ਜ਼ਿਲ੍ਹੇ ਵਿੱਚ ਨਹੀਂ ਬੋਲੀ ਜਾਂਦੀ ਤਾਂ ਆਪਸ਼ਨ ਏ ਸਾਡੇ ਕੋ ਜੀ ਹਿਆਰਪੁਰ ਜਲੰਧਰ ਫਰੀਦਕੋਟ ਕਪੂਰਥਲਾ ਤੇ ਦਾ ਰਾਈਟ ਆਨਸਰ ਹੈ ਜੀ ਫਰੀਦਕੋਟ ਵਰਣਮਾਲਾ ਦੇ ਆਧਾਰ ਤੇ ਕਿਹੜਾ ਕਾਵੀ ਰੂਪ ਰਚਿਆ ਜਾਂਦਾ ਹੈ 35 ਅਖਰੀ ਸੀ ਸੀ ਹਰਫੀ ਤੇ 1 ਅਖਰੀ ਜਾਂ ਉક્ત ਸਾਰੇ ਇਹਦਾ ਆਨਸਰ ਹੈ ਜੀ ਉક્ત ਸਾਰੇ ਅਗਲਾ ਪ੍ਰਸ਼ਨ ਹੈ ਜਟੇ ਗੋਲ ਜੀ ਪੈਰੀ ਬਿੰਦੀ ਵਾਲੇ ਅੱਖਰ ਮਿਲਾ ਕੇ ਗੁਰਮੁਖੀ ਵਰਣਮਾਲਾ ਵਿੱਚ ਇਸ ਵੇਲੇ ਕੁੱਲ ਅੱਖਰ ਹਨ ਡੈਸ਼ 35 40 41 ਜਾਂ 36 ਤੇ ਦਾ ਰਾਈਟ ਆਨਸਰ ਹੈ ਜੀ 41 ਅਗਲਾ ਪ੍ਰਸ਼ਨ ਹੈ ਜੀ ਮਲਵੇਈ ਉਪ ਬੋਲੀ ਇਹਨਾਂ ਵਿੱਚੋਂ ਕਿਸ ਜ਼ਿਲ੍ਹੇ ਵਿੱਚ ਬੋਲੀ ਜਾਂਦੀ ਹੈ ਰੂਪਨਗਰ ਬਠਿੰਡਾ ਕਪੂਰਥਲਾ ਪਠਾਨਕੋਟ ਤੇ ਦਾ ਰਾਈਟ ਆਨਸਰ ਹੈ ਜੀ ਬਠਿੰਡਾ ਅਗਲਾ ਪ੍ਰਸ਼ਨ ਹੈ ਜੋ ਅੱਖਰ ਪੈਰਾਂ ਵਿੱਚ ਲਿਖੇ ਜਾਣ ਉਹਨਾਂ ਨੂੰ ਕੀ ਕਹਿੰਦੇ ਹਨ तो ऑप्शन ये है साढ़े को पैर अखर दो तखर वर्ण अखर व्यंजन तो इसका आंसर है जी दो तखर पंजाबी अब्सर्ड थिएटर का संचालक है गुरुशरण सिंह बलवंत गारगी सुरजीत सिंह सेठी डॉक्टर आतमजीत जिसका राइट आंसर है सुरजीत सिंह सेठी अगला प्रश्न है जी पंजाब की वंड न संबंधित प्रसिद्ध कहानी टोबा टेक सिंह किस दी रचना है तो ऑप्शन है साढ़े करतार सिंह दुग्गल अमृता प्रीतम सरदत हसन मंटो कृष्णा सौवती इसका आंसर है ईडी ਸਦਦ ਹਸਨ ਮੰਟੋ ਗੁਰੂ ਸ਼ਬਦ ਰਤਨਾਕਰ ਮਹਾਕੋਸ਼ ਦੇ ਹਮ Hindu ਨਹੀਂ ਦਾ ਲੇਖਕ ਪਾਈ ਵੀਰ ਸਿੰਘ ਪਾਈ ਪ੍ਰਿੰਸੀਪਲ ਸਾਹਿਬ ਸਿੰਘ ਡਾਕਟਰ ਤਰਨ ਸਿੰਘ ਪਾਈ ਕਾਨ ਸਿੰਘ ਨਬਾ ਤੇ ਜਵਾਬ ਹੈ ਜੀ ਪਾਈ ਕਾਨ ਸਿੰਘ ਨਬਾ ਪੰਜਾਬੀ ਦਾ ਪਹਿਲਾ ਮੌਲਿਕ ਨਾਵਲ है ऑप्शन है साढ़े को सौंदरी भाई वीर सिंह मसीही मुसाफिर की यात्रा सुभाग कौर मुराद तो मौलिक नावल पहला कड़ा जी भाई वीर सिंह सुंदरी भाई वीर सिंह शेख फरीद का किस सिलसिले नबंधी सोहरावर्दी नक्शबंदी ਚਿਸ਼ਤੀ ਚਿਸ਼ਤੀ ਬਾਬਰੀ ਥਿਸ ਦਾ ਰਾਈਟ ਆਨਸਰ ਹੈ ਜੀ ਚਿਸ਼ਤੀ ਨੈਕਸਟ ਕੁਸਚਨ ਹੈ ਸਾਡੇ ਕੋਲ ਸ਼ਾਹ ਹੁਸੈਨ ਸੁਲਤਾਨ ਬਹੁਤੇ ਬੁੱਲੇ ਸ਼ਾ ਦਾ ਸਬੰਧ ਕਿਸ ਸਿਲਸਿਲੇ ਨਾਲ ਸੀ ਮਲਾਮਤੀ ਚਿਸ਼ਤੀ ਨਿਜਾਜ਼ਮੀ ਸੁਰਾਵਦੀ ਕਾਦਰੀ ਥੋ ਇਸ ਦਾ ਆਪਸ਼ਨ ਹੈ ਜੀ ਕਾਦਰੀ ਪੰਜਾਬੀ ਸ਼ਾਇਰਾਂ ਦਾ ਤਜਕਰਾ ਪੁਸਤਕ ਦਾ ਲੇਖਕ ਹੈ ਆਪਸ਼ਨ ਮੋਹਨ ਸਿੰਘ ਦੀਵਾਨਾ ਮੋਲਾ ਵਕਸ਼ ਕੁਸ਼ਤਾ ਤੇਜਾ ਸਿੰਘ ਲਾਜਬੰਤੀ ਰਾਮਾਕ੍ਰਿਸ਼ਨ ਤੋਂ ਇਸ ਦਾ ਰਾਈਟ ਆਨਸਰ ਹੈ ਜੀ ਮੋਲਾ ਵਕਸ਼ ਕੁਸ਼ਤਾ ਨੈਕਸਟ ਪ੍ਰਸ਼ਨ ਸਾਡੇ ਕੋਲ एन इंट्रोडक्शन टू पंजाबी लिटरेचर पुस्तक का रचेता है गोपाल सिंह मौन सिंह दीवाना करतार सिंह दुग्गल सुरेंद्र सिंह कोहली राइट ऑप्शन right है जी एडा मौन सिंह दीवाना अगला प्रश्न है जी हंस चोग कोयल कू ते बबीहा बोल पुस्तक का लेखक गोपाल सिंह दर्दी ਬਾਬਾ ਬੁੱਧ ਸਿੰਘ ਮੋਲਾ ਵਕਸ਼ ਕੁਸ਼ਤਾ ਤੇ ਮੋਹਨ ਸਿੰਘ ਦੀਵਾਨਾ ਇਸ ਦਾ ਰਾਈਟ ਆਪਸ਼ਨ ਹੈ ਜੀ ਬਾਬਾ ਬੁੱਧ ਸਿੰਘ ਪੰਜਾਬੀ ਸਾਹਿਤ ਕਿਸ ਰੂਸੀ ਵਿਦਵਾਨ ਦੀ ਰਚਨਾ ਹੈ ਲਿਓ ਟੋਲਸਟਾਇ ਸ਼ੈਲੋਕੋਫ ਆਈ ਸੇਰੇ ਵਰੀਆ ਕੋਫ ਗਗਾਰਿਨ ਇਸ ਦਾ ਰਾਈਟ ਆਪਸ਼ਨ ਹੈ ਜੀ ਆਈ ਸេរੀ ਵਰਯਕੋਪ ਪ੍ਰਸ਼ਨ ਨੰਬਰ 526 ਹੈ ਜੀ ਹਰਸ਼ਵਰਧਨ ਦੇ ਰਾਜ ਦੇ ਸੱਭਿਆਚਾਰ ਬਾਰੇ ਲਿਖੋ ਆਚਾਰਿਆ ਕੁੰਤਕ ਕਾਲੀਦਾਸ ਬਾਨਭਟ ਹਰਸ਼ਵਰਧਨ ਇਹਦਾ ਰਾਈਟ ਆਨਸਰ ਹੈ ਜੀ ਬਾਨਭਟ ਪੰਜਾਬੀ ਸਹਿਤ ਦਾ ਮੁੰਡ ਕਦੋਂ ਵੱਜਾ ऑप्शन ये है ग्यारहवीं बारहवीं सदी तो चौदहवीं पंद्रवीं सदी तो दसवीं ग्यारहवीं सदी तो या अठवीं नौवीं सदी तो इसका राइट आंसर है जी अठवीं नौवीं सदी तो नैक्सट प्रश्न है साढ़े को दीबा बलें सारी रात द रचेता दविंदर सत्यार्थी जसविंदर सिंह वनजारा बेदी जोगिंदर सिंह द राइट ऑप्शन है जी दवेंद्र सिंह सत्यार्थी। नेक्स्ट क्वेश्चन है जी चिक्कड़ चिकड़ कर साहित्य अकादमी पुरस्कार पुरस्कृत रचना का लेखक कौन है हरभजन सिंह वनजारा वेदी, दविंदर सत्यार्थी, दलीप कौर टिवाना तो इसका राइट आंसर है जी वनजारा बेदी ਅਗਲਾ ਪ੍ਰਸ਼ਨ ਹੈ ਪੰਜਾਬੀ ਸਹਿਤ ਦਾ ਸੁਨਹਿਰੀ ਕਾਲ ਕਿਸ ਨੂੰ ਮੰਨਿਆ ਜਾਂਦਾ ਹੈ ਪੂਰਵ ਨਾਨਕ ਕਾਲ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਨੂੰ ਜਾਂ ਮਗਰਲਾ ਨਾਨਕ ਕਾਲ ਨੂੰ ਜਾਂ ਨਾਨਕ ਕਾਲ ਨੂੰ ਤੇ ਜਿਹੜਾ ਰਾਈਟ ਆਪਸ਼ਨ ਹੈ ਜੀ ਮਗਰਲਾ ਨਾਨਕ ਕਾਲ ਨੂੰ ਨੈਕਸਟ ਹੇਠ ਲਿਖਿਆਂ ਵਿੱਚੋਂ ਕਿਹੜਾ ਜੁੱਟ ਸਹੀ ਨਹੀਂ ਹੈ ਉੱਤਰ ਹੈ ਜੀ ਪਾਈ ਵੀਰ ਸਿੰਘ ਰਹਸਵਾਦੀ ਪ੍ਰਵਿਰਤੀ ਦੇ ਠੀਕ ਹੈ ਜੀ ਪ੍ਰੋਫੈਸਰ ਪੂਰਨ ਸਿੰਘ ਰੋਮੈਂਟਿਕ ਕਵਿਤਾ ਰਾ ਅਗਲਾ ਪ੍ਰੋਫੈਸਰ ਪੂਰਨ ਸਿੰਘ ਅਸਤਿਤਵਵਾਦੀ ਲਹਿਰ ਤੋਂ ਇਹ ਜਿਹੜਾ ਠੀਕ ਨਹੀਂ ਹੈ ਕਿ ਪ੍ਰੋਫੈਸਰ ਪੂਰਨ ਸਿੰਘ ਅਸਤਿਤਵਵਾਦੀ ਲਹਿਰ ਇਜ਼ ਦਾ ਰਾਈਟ ਆਨਸਰ ਹੈ ਨੈਕਸਟ ਕੁਸਚਨ ਹੈ ਸਾਡੇ ਕੋ ਜੀ ਨੈਕਸਟ ਕੁਸਚਨ ਸਾਡੇ ਕੋ ਜੀ ਵਿੱਚ ਸੂਚੀ ਦਿੱਤੀ ਹੈ অপਸ਼ਨ ਏ ਹੈ ਬੰજારਾ ਵੇਦੀ ਦੇ ਸਾਹਮਣੇ ਦੱਸਣਾ ਮੈਚ ਅਪ ਕਰਨਾ ਹੈ ਕਾਂਗਰੇੜੇ ਦੇ ਲੋਕਗੀਤ ਮਹਿੰਦਰ ਸਿੰਘ ਰੰਦਾਵਾ ਲੋਕ ਜਾਨ ਤੇ ਮੱਧਕਾਲ ਪੰਜਾਬੀ ਸਹਿਤ ਦਵਿੰਦਰ ਸਿੰਘ ਸਤਿਆਰਤੀ ਮੱਧਕਾਲੀਨ ਕਥਾ ਪਰੰਪਰਾ ਤੇ ਰੂੜੀਆਂ ਤੇ ਡੀਏ ਕਰਨੈਲ ਸਿੰਘ ਬਿੰਥਿੰਦ ਤੋਂ ਗਿੱਧਾ ਤੋਂ ਇਹਨਾਂ ਨੂੰ ਅਸੀਂ ਮੈਚ ਅਪ ਕਰਨਾ ਹੈ ਤੋਂ ਸਭ ਤੋਂ ਪਹਿਲਾਂ ਦੇਖਦੇ ਹਾਂ ਬੰਜਾਰਾ ਬੇਦੀ ਬੰਜਾਰਾ ਬੇਦੀ ਹੈ ਮੱਧਕਾਲੀਨ ਕਥਾ ਪਰੰਪਰਾ ਤੇ ਰੂੜੀਆਂ ਉਸ ਤੋਂ ਬਾਅਦ ਹੈ ਮਹਿੰਦਰ ਸਿੰਘ ਰੰਦਾਵਾ ਮਹਿੰਦਰ ਸਿੰਘ ਰੰਦਾਵਾ ਕਾਂਗੜੇ ਕਾਂਗੜੇ ਦੇ ਲੋਕ ਗੀਤ ਉਸ ਤੋਂ ਬਾਅਦ ਹੈ ਦਵਿੰਦਰ ਸਤਿਆਰਥੀ ਤੋਂ ਇਜ਼ਾ ਜੀ ਗਿੱਧਾ ਉਸ ਤੋਂ ਬਾਅਦ ਆ ਗਿਆ ਜੀ ਕਰਨੈਲ ਸਿੰਘ ਕਰਨੈਲ ਸਿੰਘ ਦਾ ਲੋਕ ਯਾਨ ਤੇ ਮੱਧ ਕਾਲੀਨ ਪੰਜਾਬੀ ਸਾਹਿਤ ਤੋਂ ਫਰੈਂਡਸ ਅਗਰ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੈ ਹਿੰਦ